रास्ता खिलाओ ਮੱਲਿਆ ਹੋਇਆ ਨਹੀਂ ਨਜਾਇਜ਼ ਕਬਜ਼ਾ ਸਿਰਫ ਚੱਕ ਮੇਰਪੋਰਟ ਚ ਨਹੀਂ ਪਹਿਲਾਂ ਤੁਸੀਂ ਇਹ ਦੱਸੋ ਮੈਨੂੰ ਮੈਂ ਇਹ ਨਹੀਂ ਕਹਿੰਦਾ ਵੀ ਚੱਕ ਮੇਰ ਬਹੁਤ ਜਗ੍ਹਾ ਨਜਾਇਜ਼ ਕਰ ਰਹੇ ਪਰ ਸਾਡੇ ਕੋਲ ਜਿਹੜੀ ਡਾਇਰੈਕਸ਼ਨ ਆਈ ਉਹ ਇੱਥੇ ਦੀ ਆਈ ਹੈ ਅਸੀਂ ਡਾਇਰੈਕਸ਼ਨ ਦੇ ਸਾਹਮਣੇ ਉੱਥੇ ਆ ਜੀ ਉਹ ਵੀ ਖੁੱਲ੍ਹ ਗਈ ਸੀ ਆਈ ਹੈ ਨਾ ਕ੍ਰੈਸ਼ ਨਾ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਤੁਸੀਂ ਵੀ ਰਿਟ ਇਹਨਾਂ ਰਿਟ ਪਾਈ ਉਹਨਾਂ ਤੁਸੀਂ ਅਪੀਲ ਪਾ ਦਿਓ ਨਾ ਤੁਸੀਂ ਅਪੀਲ ਪਾ ਦਿਓ ਉੱਤੇ ਦੇ ਲੈ ਲਓ ਦੇ ਲੈ ਲਓ ਅਸੀਂ ਕਾਨੂੰਨੀ ਲੜਾਈ ਕਰਾਂਗੇ ਮੁਸ਼ਕਿਲ ਕਰਾਂਗੇ ਗੱਡਰਾਂ ਨੂੰ ਕਿੰਨਾ ਟਾਈਮ ਲੱਗਦਾ ਲਾਉਣ ਪਰ ਇਹ ਤਰੀਕਾ ਕਾਨੂੰਨ ਨੇ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਣਾ जवाब देना 24 तरीक क्रैशर नहीं चलेगा जो एस डी एम साहब ने कहा नंगन गया बाकी कोई नहीं जो एस डी एम साहब ने मीटिंग की मजबूरी समझो जी आई हाई कोर्ट के उपर कोई नहीं है तुम भी नहीं है मैं ਆਈ ਹਾਈ ਕੋਰਟ ਦੀ ਕੰਪਲੇਂਟ ਕਰ ਰਹੇ ਬਿਲਕੁਲ ਸਾਨੂੰ ਵੀ ਕੋਈ ਜੀਣ ਦਾ ਹੱਕ ਹੈ ਬਿਲਕੁਲ ਜੀਣ ਦਾ ਤੁਸੀਂ ਸਾਡੇ ਘਰ ਦੇ ਵਿੱਚ ਜਿਹੜੇ ਜਾਂਦੇ ਨੇ ਗੱਡੀਆਂ ਵਾਲੇ ਗੱਲੀ ਗੱਲੀ ਗਾਲਾਂ ਕੱਢਦੇ ਆ ਸਾਨੂੰ ਸੁਣੋ ਮੇਰੀ ਗੱਲ ਤੇ ਸੁਣੋ ਹੋਰ ਮੈਂ ਤੁਹਾਨੂੰ ਤੁਸੀਂ ਸਾਡੇ ਨਾਲ ਲੱਭੇ ਨਹੀਂ ਤੁਹਾਡੇ ਨਾਲ ਕੋਈ ਨਹੀਂ ਆ ਰਿਹਾ ਤੁਸੀਂ ਆਪਣੀ ਵੀ ਦੱਸਾਂਗੇ ਨਾ ਮਜਬੂਰੀ ਕਿਤੇ ਜਿਹੜਾ ਗੱਡੀ ਤੁਸੀਂ ਸਾਡੇ ਨਾਲ ਲੱਭੇ ਤੁਸੀਂ ਸਾਡੀ ਫੈਮਿਲੀ ਸਾਡੀ ਫੈਮਿਲੀ ਠੀਕ ਹੈ ਕਈ ਸਾਡੇ ਤੋਂ ਮੁਲਾਜ਼ਮ ਵੀ ਹੈ ਕਈ ਸਾਡੇ ਤੁਸੀਂ ਸਾਡੇ ਭਰਾ ਹੋ ਅਸੀਂ ਕਹਿੰਦੇ ਆ ਸਾਡੇ ਭਰਾ ਇਹਦੇ ਅਗੇਂਸਟ ਕਿਤੇ ਹਾਈ ਕੋਰਟ ਦਾ 200 ਰੁਪਏ ਪਾ ਕੇ ਤੁਸੀਂ ਕਿਉਂ ਨਹੀਂ ਕਰਦੇ जे तुम कहो उधर आने इतना ही आवा शराबा पी कोई भुखिया खाके कोई किदा जनानी हाथ मार दे अखा मार दे सियाने मेरी गल सुन लो ठीक है सारा पहला जो ऑर्डर आना जी ऑर्डर तुम भी राइट है जा सकते हो ਤਾਂ ਜੇ ਉਧਰੋਂ ਆਰਡਰ ਤੁਹਾਡੀ ਫੇਵਰ ਚ ਕੋਈ ਆਉਂਦਾ ਤਾਂ ਵੀ ਅਸੀਂ ਇੰਨੇ ਬੰਦੇ ਹੀ ਆਣਾ ਘੱਟ ਨਹੀਂ ਆਉਣਾ ਜ਼ਿਆਦਾ ਹੀ ਆਵਾਂਗੇ ਇਹਦੇ ਨਾਲ ਜ਼ਿਆਦਾ ਹੀ ਠੀਕ ਹੈ ਹਾਂਜੀ ਠੀਕ ਤੁਸੀਂ ਜਿਹੜਾ ਕੰਮ ਕਰਨ ਵਾਲਾ ਉਹ ਕੰਮ ਕਰੋ ਤੁਸੀਂ ਸਾਡੇ ਨਾਲ ਨਾ ਬੈਠੋ ਅਸੀਂ ਤੁਹਾਡੀ ਫੈਮਿਲੀ ਚੋਂ ਅਸੀਂ ਜੋ ਹਾਈ ਕੋਰਟ ਨੇ ਆਰਡਰ ਕਰਨੇ ਦੇਖੋ ਰਾਮ ਰਹੀਮ ਦਾ ਕਿੱਡਾ ਵੱਡਾ ਪੂਰੀ ਹਮਦਰਦੀ ਹੈ ਇੱਦਾਂ ਦੀ ਕੋਈ ਗੱਲ ਨਹੀਂ ਸੀ ਜਿਹੜੇ ਇਹ ਤਾਂ 3 ਮਹੀਨੇ ਨਹੀਂ ਅਸੀਂ ਆਏ ਪਹਿਲੇ ਕਿਉਂ ਨਹੀਂ ਆਏ ਨੁਕਸਾਨ ਵੀ ਡੰਡਾ ਚੜਾ ਲਿਆ ਹਾਈ ਕੋਰਟ ਦਾ 24 ਤਰੀਕ ਨੂੰ ਦੋ ਅਫਸਰਾਂ ਨੇ ਪੇਸ਼ ਹੋਣਾ ਜ਼ਿਲ੍ਹੇ ਦੇ ਦੋ ਹੀ ਅਫਸਰ ਮੇਨ ਅਫਸਰ ਸੀ ਦੇ ਉਹਨਾਂ ਨੂੰ ਉੱਥੇ ਬੁਲਾਇਆ ਉੱਥੇ ਹੀ ਫੇਰ ਠੀਕ ਹੈ ਇੱਕ ਜਦੋਂ ਤੁਸੀਂ ਮੈਂ ਤੁਹਾਡੇ ਕੋਲ ਆਵਾਂਗਾ 5 ਮਿੰਟ ਮੈਂ ਤੁਹਾਨੂੰ ਹੋਰ ਗੱਲ ਵੀ ਦੱਸ ਨਹੀਂ ਜਾਵਾਂਗਾ ਹਾਲੇ ਤੁਸੀਂ ਉਹਦੇ ਬਾਰੇ ਵੀ ਤੁਸੀਂ ਕਰ ਲਿਓ ਤੁਸੀਂ ਇਹ ਕੰਮ ਨਾ ਕਰੋ ਇੱਕ ਤੁਹਾਨੂੰ ਕਹਦੇ ਤੁਸੀਂ ਪੱਟ ਜੋ ਵਿਸ਼ਾ ਕੇ ਰੱਖ ਜੋ ਗੱਡੀਆਂ ਨਹੀਂ ਚੱਲਦੀਆਂ ਹਾਂ ਨਾ ਤੇਰਾ ਸਾਰੀ ਗੱਡੀ ਨਹੀਂ ਚੱਲਦੀ ਤੁਹਾਨੂੰ ਦੇ ਦੇਣਾ ਲਿਖਤੀ ਹੋਣਾ ਲਿਖਤੀ ਗਈ ਹੋ ਠੀਕ ਹੈ ਸਾਈਨ ਕਰਕੇ ਦੇ ਜੋ ਕਿ ਕ੍ਰੈਸ਼ ਦੀ ਗੱਡੀ ਕੋਈ ਨਹੀਂ ਚਲੇਗੀ ਹੋਰ ਗੱਡੀ ਪਰ ਗੱਡੀ ਜਿਹੜੀ ਮਰਜ਼ੀ ਜਾ ਲਓ ਹਾਂ ਜੀ ਮੰਗ ਲਓ ਕਿ ਬੰਦਾ ਬਿਠਾਓ ਇਹਨਾਂ ਦਾ ਆਪਣਾ ਡਿਊਟੀ ਇੱਥੇ ਬੰਦਾ ਜਿਸ ਦਾ ਬੰਦਾ ਇੱਥੇ ਬੈਠੇਗਾ ਫੁੱਟ ਦੋ ਤੁਸੀਂ ਆਪਣੀ ਡਿਊਟੀ ਰੱਖੋ ਇੱਥੇ ਘਰਾਇਆ ਨਾ ਬੰਦਾ ਉਹਦਾ ਕਰਕੇ ਐਸਐਸਪੀ ਸਾਹਿਬ ਨਾਲ ਗੱਲ ਕਰਕੇ ਇੱਥੇ ਵੀ ਆਵਾਂਗੇ ਸਾਡੀ ਵੀ ਤਾਂ ਪ੍ਰਾਸਤ ਸਾਡੀ ਵੀ ਇੱਥੇ ਮੁੱਖ ਬੰਦਾ ਖਾ ਗਿਆ ਹੋਰ ਇੱਕ ਬੰਦਾ ਅੰਦਰ ਡਿਊਟੀ ਰੱਖੋ ਹਾਂ ਵੀ ਖੁੱਲ੍ਹ ਪਾ ਜੀ ਇੱਦਾਂ ਨਹੀਂ ਗੱਲ ਹੋਣੀ ਇੱਦਾਂ ਨਹੀਂ ਹੋਣੀ ਹਰ ਗੱਲ ਨਹੀਂ ਹੋਣੀ ਇਹ ਤੁਹਾਨੂੰ ਦੱਸ ਦਿੱਤੀ ਆ ਕੋਈ ਗੱਲ ਨਹੀਂ ਹੁੰਦੀ ਆ ਮਸ਼ੀਨ ਨਾਲ ਪੱਟੀ ਜੇ ਲੈ ਗਏ ਪੱਟੀ ਜੇ ਤੁਸੀਂ ਲਾਇਆ ਕਿਉਂ ਫਿਰ ਰਹਿ ਦਿੰਦੇ ਪੱਟਿਆ ਤੁਸੀਂ ਬੁਲਾ ਕੇ ਕੱਲ ਲਾ ਕੇ ਕਿਉਂ ਤੁਸੀਂ ਇੰਨੇ ਬਾਅਦ ਫਿਰ ਲਾਇਆ ਤਾਂ ਕਿਉਂ ਤੁਸੀਂ ਲਾਇਆ ਸਾਡੀ ਕਾਰਵਾਈ ਕਰਕੇ ਅਸੀਂ ਕਹਿੰਦੇ ਤੁਹਾਡੇ ਨਾਲ ਕਿਉਂ ਅਸੀਂ ਉਹ ਕਰੀ ਠੀਕ ਆ ਤੁਸੀਂ ਹਾਈ ਕੋਰਟ ਦੇ ਹੁਕਮ ਤੁਸੀਂ ਲੰਘਣਾ ਕਰ ਲੈ ਨਹੀਂ ਸਰ ਤੁਸੀਂ ਸਾਈਨ ਕਰਕੇ ਨਾ ਸਾਨੂੰ ਦੇਖ ਜਾਓ ਕ੍ਰੈਸ਼ਰ ਦੀ ਗੱਡੀ ਕੋਈ ਨਹੀਂ ਲੰਘੇਗੀ ਹਾਂ ਸਾਨੂੰ ਸਾਈਨ ਕਰਕੇ ਦੇਖ ਜਾਓ ਸਰ
ਜਾਲੇ ਤੁਹਾਡੇ ਆਪ ਮੰਗਦੇ ਸਾਡੇ ਕੋਲ ਨਿਕਤੀ ਕਾਰਵਾਈਆਂ ਤਾਂ ਆਪ ਵਧੇਰ ਸਾਡੇ ਨਿਕਤੀ ਕਾਰਵਾਈ ਉਹਦੀ ਕਾਰਵਾਈ ਮੈਂ ਅਭੀ ਜੋ ਕੋ ਨੁਕਸਾਨ ਹੋਇਆ ਤੇ ਕਦੀ ਨਹੀਂ ਕਰਦੇ ਮਰੇ ਨਹੀਂ ਚਾਹੀਦੇ ਸਾਨੂੰ ਵੀ ਰੋਟ ਤੋਂ ਕੱਢੀ ਨਹੀਂ ਕੋਈ ਨਹੀਂ ਅਸੀਂ ਰੋਕਾਂਗੇ ਤਾਂ ਫੇਰ ਵੀ ਇੱਥੇ ਆ ਜਾਣੀ ਪੁਲਿਸ ਸਾਡੇ ਪਰ ਆ ਜਾਣੀ ਹੈ ਫੇ ਤੁਸੀਂ ਰੋਕੀਆਂ ਕਿਉਂ ਗੱਡੀਆਂ ਕਿਉਂ ਨਹੀਂ ਮੈਂ ਨਹੀਂ ਟ੍ਰੈਫਿਕ ਵੀ ਚੱਲ ਗਿਆ ਟ੍ਰੈਫਿਕ ਨੂੰ ਕੋਈ ਰੋਕ ਰਿਹਾ ਉਹ ਨਹੀਂ ਕੋਈ ਵੀ ਰੋਕਦਾ ਉਹ ਕੋਈ ਨਹੀਂ ਦੇਖਦਾ ਮੋਦੀ ਨਾਲ ਦੀ ਟ੍ਰੈਫਿਕ ਨਾਲ ਚੱਲੀਆਂ ਮੈਂ ਰੋਲੀ ਮੋੜ ਤੋਂ ਲੈ ਕੇ ਹਾਜਪੁਰ ਤੱਕ ਲੱਗੇ ਨੇ ਕੈਮੋ ਸੱਕ ਮਰ ਜਾ ਨਹੀਂ ਤੇ ਇਹਨੂੰ ਲਾ ਲੈ ਕੋਈ ਨਹੀਂ ਹੁੰਦਾ ਪੈਸਿਆਂ ਦਾ ਆਇਆ ਮੈਂ ਮੁੱਕ ਗਿਆ ਇਹ ਆਇਆ ਨਾ ਤੇ ਅਸੀਂ ਪੈਸੇ ਆ ਹੈ ਇਹ ਹੋਰ ਚੋਰ ਹੈਗੇ ਆ ਤੁਹਾਡੇ ਤੋਂ ਮਾਲ ਪੱਟ ਕੇ ਜਾਂਦੇ ਆ ਚੋਰੀ ਨਾਲ ਜਾ ਰਹੇ ਆ ਤਾਂ ਕੋਈ ਨਹੀਂ ਦਿੱਕਤ ਨਹੀਂ ਕੋਈ ਪੁੱਛ ਨਹੀਂ